ਜਦੋਂ ਫਿਰ ਆਪਣਾ ਜ਼ੋਰ ਜ਼ਬਰਦਸਤੀ ਕਰਕੇ ਮੈਂ ਜਦੋਂ ਝੱਕੀ ਮਾਰੀ ਅੰਦਰ ਤਾਂ ਬੱਚਾ ਮੇਰਾ ਸਿਰਫ ਇੱਦਾਂ ਹੀ ਟੇਬਲ ਤੇ ਪਿਆ ਹੋਇਆ ਸੀ, ਨਾ ਉਹਨੂੰ ਕੋਈ ਆਕਸੀਜਨ ਲੱਗੀ ਨਾ ਕੁਛ, ਤੇ ਉਹਨਾਂ ਨੇ ਮਤਲਬ ਕਿ ਸਾਨੂੰ ਝੂਠ ਬੋਲਿਆ, ਅਪਰੇਟ ਕੀਤਾ ਉਹਨਾਂ ਨੇ ਤੇ ਬੱਚਾ ਜਦੋਂ ਮਤਲਬ ਡੈਡ ਹੋ ਚੁੱਕਿਆ ਸੀ ਉਹਨਾਂ ਨੇ ਸਾਨੂੰ ਦੱਸਿਆ ਨਹੀਂ। ਅੰਮ੍ਰਿਤਸਰ ਦੇ ਵਿੱਚ ਡਾਕਟਰਾਂ ਦੀ ਲਗਰਜੀ ਨਾਲ ਹੋਈ ਨਵਜੰਮੇ ਬੱਚੇ ਦੀ ਮੌਤ। ਸਤਿ ਸ਼੍ਰੀ ਅਕਾਲ, ਆਪਣਾ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਹੁਣ ਤੱਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਥਾਣਾ ਸਦਰ ਦੇ ਅਧੀਨ ਪੈਂਦੇ ਮੋਕਮਪੁਰਾ ਤੋਂ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਨਵਜੰਮੀ ਬੱਚੀ ਦੀ ਜਨਮ ਲੈਂਦੇ ਹੀ ਮੌਤ ਹੋ ਗਈ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਅੱਗੇ ਗੁਹਾਰ ਲਗਾਏਗੀ ਕਿ ਉਹਨਾਂ ਡਾਕਟਰਾਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਬੱਚੀ ਨੇ ਜਨਮ ਲਿਆ ਉਸ ਦੀ ਮੌਤ ਹੋ ਗਈ, ਜਿਸ ਦਾ ਉਹਨਾਂ ਨੇ ਪੂਰਾ ਦਾ ਪੂਰਾ ਦੋਸ਼ ਡਾਕਟਰਾਂ ਤੇ ਲਾਇਆ ਹੈ। ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਡਾਕਟਰਾਂ ਤੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਮ ਸਚਿਨ ਹੈ ਜੀ। ਕੀ ਗੱਲ ਹੋਈ ਹੈ ਜੀ? ਇਹ ਜੋ ਵੀ ਉੱਥੇ ਹਸਪੀਟਲ 'ਚ ਲਾਪਰਵਾਹੀ ਹੋਈ ਆ, ਜਿਹੜੇ ਜਿਹੜੇ ਡਾਕਟਰ ਸਾਨੂੰ ਲੈ ਕੇ ਗਏ ਸੀ ਤੇ ਉਹਨਾਂ ਨੇ ਮਤਲਬ ਕਿ ਸਾਨੂੰ ਝੂਠ ਬੋਲਿਆ। ਪਹਿਲਾਂ ਤੇ ਮੈਂ ਤੇ ਬੱਚੇ ਦਾ ਬਿਠਾ ਆ ਤੇ ਮੈਨੂੰ ਕਹਿੰਦੇ ਕਿ ਆਪਣਾ ਜਦੋਂ ਪੁੱਛਿਆ ਤੇ ਕਹਿੰਦੇ ਬੱਚੇ ਨੂੰ ਆਕਸੀਜਨ ਲਾਈ ਹੋਈ ਆ। ਆਕਸੀਜਨ ਤੋਂ ਬਾਅਦ ਫਿਰ ਜਦੋਂ ਐਂਡ 'ਚ ਆਪਣਾ ਸਾਨੂੰ ਕਿਹਾ ਕਿ ਬੱਚੇ ਦੇ ਮੂੰਹ 'ਚ ਬੋਟੀ ਚਲ ਗਈ ਤੇ ਉਹ ਬੇਚਾਰਾ ਡੈਡ ਹੋ ਗਿਆ ਹੈ, ਤੇ ਜਦੋਂ ਫਿਰ ਆਪਣਾ ਜ਼ੋਰ ਜ਼ਬਰਦਸਤੀ ਕਰਕੇ ਮੈਂ ਜਦੋਂ ਝੱਕੀ ਮਾਰੀ ਅੰਦਰ ਤੇ ਬੱਚਾ ਮੇਰਾ ਸਿਰਫ ਇੱਦਾਂ ਹੀ ਟੇਬਲ ਤੇ ਪਿਆ ਹੋਇਆ ਸੀ, ਨਾ ਉਹਨੂੰ ਕੋਈ ਆਕਸੀਜਨ ਲੱਗੀ ਨਾ ਕੁਛ, ਸਿਰਫ ਬੱਚੇ ਨੂੰ ਇੱਦਾਂ ਟੇਬਲ ਤੇ ਰੱਖਿਆ ਹੈ ਤੇ ਸਫਾਈ ਵਾਲੀ ਸਫਾਈ ਕਰਦੀ ਪਈ ਸੀ ਤੇ ਮੈਨੂੰ ਅੰਦਰ ਵੀ ਨਹੀਂ, ਮੈਂ ਧੱਕਾ ਮਾਰ ਕੇ ਹੀ ਅੰਦਰ ਗਿਆ ਹੈ। ਤੇ ਬੱਚੇ ਨੂੰ ਮੈਂ ਤੇ ਵੇਖਿਆ, ਫਿਰ ਮੈਂ ਤੇ ਬਾਹਰ ਆ ਕੇ ਆਪਣੇ ਬ੍ਰਦਰ ਨੂੰ ਕਿਹਾ ਕਿ ਬੱਚਾ ਡੈਡ ਹੋਇਆ ਪਿਆ, ਇਹਦੇ ਝੂਠ ਬੋਲਣ ਦੇ ਆ। ਕਾਰਨ ਇੱਦਾਂ ਹੋਇਆ ਕਿ ਛੋਟੇ ਭਰਾ ਦੀ ਨਾ ਵਾਈਫ ਦੀ ਡਿਲੀਵਰੀ ਸੀ ਤੇ ਆਪਾਂ ਨਰਸ ਕੋ ਕ੍ਰਿਸ਼ਨਾ ਨਗਰ, ਆਪਾਂ ਨਰਸ ਸਾਡੇ ਵਾਕਫ ਸੀ, ਉਹਨਾਂ ਕੋਲ ਆਪਾਂ ਨਾ ਡਿਲੀਵਰੀ ਲੈ ਕੇ ਗਏ ਕੇਸ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਨੋਰਮਲ ਹੋਵੇ ਤੇ ਉਹਨਾਂ ਜਦੋਂ 2-3 ਘੰਟੇ ਵੇਟ ਕੀਤੀ ਆ ਕਿ ਚਲੋ ਨੋਰਮਲ ਨਹੀਂ ਹੋ ਰਿਹਾ, ਫਿਰ ਉਹਨਾਂ ਨੇ ਕਿਸੇ ਡਾਕਟਰ ਨੂੰ ਆਪਣੇ ਵਾਕਫ ਨੂੰ ਬੁਲਾਇਆ ਕਿ ਚਲੋ ਨਾ ਇਹਨਾਂ ਦੀ ਕੋਈ ਸਲਾਹ ਲੈਂਦੇ ਆ, ਤੇ ਉਹਨਾਂ ਨੇ ਡਾਕਟਰ ਨੇ ਫਿਰ ਸਲਾਹ ਉਹਨਾਂ ਨੇ ਥੋੜਾ ਦੇਖਿਆ ਉਹਨਾਂ ਨੇ ਵੀ ਤੇ ਉਹ ਕਹਿੰਦੇ ਆ ਕਿ ਮਤਲਬ ਨੋਰਮਲ ਦੀ ਆਸ ਨਹੀਂ ਆ, ਤੁਸੀਂ ਮੇਰੇ ਨਾਲ ਚੱਲੋ, ਸਾਡੇ ਜਿਹੜੇ ਵੀ ਆਪਾਂ ਉੱਥੇ ਮੌਜੂਦ ਸੀ ਤੇ ਸਾਡੇ ਨਾਲ ਚੱਲੋ, ਮੈਂ ਨਾ ਆਪਰੇਟ ਕਰਾ ਦਿੰਦਾ ਵਾ, ਤੁਸੀਂ ਟੈਨਸ਼ਨ ਨਾ ਲਓ, ਬੱਚੇ ਨੂੰ ਤੇ ਮਤਲਬ ਉਹਦੇ ਮਾਂ ਨੂੰ ਕੋਈ ਖਤਰਾ ਨਹੀਂ ਹੋਏਗਾ, ਮਤਲਬ ਵਧੀਆ ਰਹੇਗਾ। ਤਾਂ ਅਸੀਂ ਕਿਹਾ ਚਲੋ ਠੀਕ ਹੈ, ਮੈਂ ਫਿਰ ਸਾਰੇ ਮਤਲਬ ਡਾਕਟਰ ਸਾਹਿਬ ਮਤਲਬ ਹੋਸਪਿਟਲ ਕਿੱਥੇ ਜਾਣਾ ਤੁਸੀਂ, ਤੇ ਕਹਿੰਦੇ ਕਿ ਇੱਥੇ ਪਟਾਲਾ ਰੋਡ ਲੱਗ ਗਈ ਹੈਗਾ ਵਾ, ਤੇ ਮੈਂ ਸਰ ਨਾਮ ਤੇ ਦੱਸੋ, ਕਹਿੰਦੇ ਕੋਈ ਗੱਲ ਨਹੀਂ, ਹਲੇ ਇੰਨੀ ਗੱਲਾਂ ਕਰਨ ਦਾ ਟਾਈਮ ਨਹੀਂ ਹੈਗਾ, ਤੁਸੀਂ ਨਾਲ ਚੱਲੋ ਸਾਡੇ। ਆਪਾਂ ਪਟਾਲਾ ਰੋਡ ਪਹੁੰਚੇ, ਉੱਥੇ ਰਸਤੇ 'ਚ ਆਪਾਂ ਪੁੱਛਦੇ ਪੁੱਛਦੇ ਡਾਕਟਰ ਸਾਹਿਬ ਹਾਂਜੀ ਕਿੱਥੇ ਰਹਿ ਗਿਆ ਹੋਸਪਿਟਲ, ਵੇਰਕਾ ਬਾਈਪਾਸ ਆ ਗਏ ਜੀ, ਇੱਦਾਂ ਕਰਦੇ ਕਰਦੇ ਸਾਨੂੰ ਮਜੀਠਾ ਬਾਈਪਾਸ ਲੈ ਗਏ, ਉੱਥੋਂ ਕਰਦੇ ਕਰਦੇ ਫਿਰ ਅੱਗੇ 1-2 ਕਿਲੋਮੀਟਰ ਦੂਰ ਛੋਟਿਆਂ ਨੂੰ ਸ਼ਹਿਰਾਂ ਕੋਈ ਪਿੰਡ ਆ, ਉੱਥੇ ਲੈ ਗਏ ਸਾਨੂੰ ਹਸਪਤਾਲ। ਤੇ ਕਿਹੜਾ ਹਸਪਿਟਲ ਆ? ਹਸਪਿਟਲ ਹੈਗਾ ਜੀ ਚੈਰੀਟੇਬਲ ਹਸਪਿਟਲ ਸੇਵਾ ਸੁਸਾਇਟੀ, ਤੇ ਮਤਲਬ ਇਹ ਨਾਮ ਆ, ਤੇ ਬਾਕੀ ਡਾਕਟਰ ਹੋਣਾ ਦਾ ਉਹਨਾਂ ਦਾ ਮੈਂ ਫੋਟੋ ਵੀ ਖਿੱਚੀ ਹੋਈ ਹਸਪਿਟਲ ਦੀ, ਉਹ ਤੁਹਾਨੂੰ ਮੈਂ ਸੈਂਡ ਕਰ ਦਾਂਗਾ ਬਾਅਦ ਚੋਂ। ਤੇ ਉੱਥੇ ਜਦੋਂ ਗਏ ਤੇ ਉਹਨਾਂ ਨੇ ਕਿਹਾ ਕਿ ਮਤਲਬ ਆਪਾਂ ਨਾ ਆਪਰੇਟ ਹੀ ਕਰਨਾ ਵਾ, ਤੇ ਜਦੋਂ ਆਪਰੇਟ ਉਹਨਾਂ ਨੇ ਕੀਤਾ ਤੇ ਕਹਿੰਦੇ ਤੁਸੀਂ ਟੈਨਸ਼ਨ ਨਾ ਲਓ, ਜੋ ਖਰਚਾ ਆਏਗਾ ਅਸੀਂ ਸਭ ਕੁਝ ਦੇਣ ਨੂੰ ਰਾਜ਼ੀ ਸੀ, ਕੋਈ ਗੱਲ ਨਹੀਂ। ਠੀਕ ਹੈ ਜੀ, ਆਪਰੇਟ ਕੀਤਾ ਉਹਨਾਂ ਨੇ ਤੇ ਬੱਚਾ ਜਦੋਂ ਮਤਲਬ ਡੈਡ ਹੋ ਚੁੱਕਿਆ ਸੀ, ਉਹਨਾਂ ਨੇ ਸਾਨੂੰ ਦੱਸਿਆ ਨਹੀਂ, 1.5 ਘੰਟਾ ਅਸੀਂ ਪੁੱਛਦੇ ਰਹੇ ਕਿ ਸਰ ਕੀ ਗੱਲ ਹੈ, ਦੱਸੋ ਕਿ ਦੱਸਦੇ ਹਾਂ, ਜਿਹੜੀ ਹੋਰ ਮੈਡਮਾਂ ਸੀ ਉਹਨਾਂ ਦੀ ਹੈਲਪਰਾਂ ਉਹ ਵੀ ਬਾਹਰ ਨਿਕਲ ਨਿਕਲ ਕੇ ਆ ਰਹੀਆਂ, ਅਸੀਂ ਦੱਸਦੇ ਹਾਂ ਅਸੀਂ ਨਹੀਂ ਤੁਹਾਨੂੰ, ਡਾਕਟਰ ਸਾਹਿਬ ਵੀ ਤੁਹਾਡੇ ਜਿਨ੍ਹਾਂ ਨਾਲ ਤੁਸੀਂ ਆਏ ਹੋ ਮੇਨ ਉਹ ਜਵਾਬ ਦੇਣਗੇ ਤੁਹਾਨੂੰ। ਤੇ ਇਹੋ ਫਿਰ ਗੱਲ ਕਰਦੇ ਕਰਦੇ ਉਹ ਟਾਲ ਮਟੋਲ ਕਰਦੇ ਰਹੇ ਕਰਦੇ ਰਹੇ, ਜਦੋਂ ਹਾਰ ਗਏ ਅਸੀਂ ਗੁੱਸੇ 'ਚ ਪੁੱਛਿਆ ਜ਼ਿਆਦਾ ਜ਼ੋਰ ਦਬਾਅ ਦੇ ਕੇ, ਤੇ ਕਹਿੰਦੇ ਬੱਚਾ ਤਾਂ ਤੁਹਾਡਾ ਡੈਡ ਹੋ ਗਿਆ ਵਾ। ਮੈਂ ਡਾਕਟਰ ਸਾਹਿਬ ਤੁਸੀਂ ਤਾਂ ਕਹਿ ਰਹੇ ਹੋ ਕਿ ਮਤਲਬ ਬੱਚਾ ਤਾਂ ਠੀਕ ਠਾਕ ਹੋ ਜਾਏਗਾ, ਆਪਰੇਟ ਨਾਲ ਕੋਈ ਮਤਲਬ ਟੈਨਸ਼ਨ ਵਾਲੀ ਗੱਲ ਹੀ ਨਹੀਂ ਹੈ, ਤੇ ਫਿਰ ਤੁਸੀਂ ਕਿੱਦਾਂ ਕਹਿ ਰਹੇ ਹੋ ਕਿ ਡੈਡ ਹੋ ਗਿਆ? ਕਹਿੰਦੇ ਕਿ ਬੱਚੇ ਦੇ ਮੂੰਹ 'ਚ ਨਾ ਪੋਟੀ ਚਲ ਗਈ ਅੰਦਰ, ਤੇ ਤਾਂ ਕਰਕੇ ਬੱਚੇ ਨੂੰ ਸਾਹ ਨਹੀਂ ਆਇਆ, ਅਸੀਂ ਕੋਸ਼ਿਸ਼ ਪੂਰੀ ਕੀਤੀ, ਬੱਚਾ ਬਚਿਆ ਨਹੀਂ ਆ। ਹਾਂਜੀ, ਕੱਲ ਸਚਿਨ ਕੁਮਾਰ ਜਿਨ੍ਹਾਂ ਦੇ ਬੇਟੇ ਦੀ ਡੈਥ ਹੋਈ ਆ, ਉਹ ਸਾਡੇ ਕੋਲ ਆਏ ਸੀ ਤੇ ਉਹਨਾਂ ਨੇ ਆਪਣੀ ਦਰਖਾਸਤ ਦਿੱਤੀ ਸੀ, ਤੇ ਹੁਣ ਬੱਚੇ ਦਾ ਅਸੀਂ ਪੋਸਟਮਾਰਟਮ ਕਰਾ ਰਹੇ ਹਾਂ, ਜੋ ਅੱਗੇ ਤੱਥ ਸਾਹਮਣੇ ਆਉਣਗੇ ਉਹਦੇ ਬਿਹਾਫ 'ਤੇ ਕਾਰਵਾਈ ਕਰਾਂਗੇ। ਨਹੀਂ, ਇਹ ਹਲੇ ਅਸੀਂ ਇਹ ਗੁਰਤੇਜ ਹੋਸਪਿਟਲ ਦਾ ਮਾਮਲਾ ਹੈ ਜੀ, ਅਤੇ ਉਹ ਅਸੀਂ ਹਲੇ ਜਿੱਦਾਂ ਮੰਨ ਲਓ ਪਹਿਲਾਂ ਪੋਸਟਮਾਰਟਮ ਕਰਾਉਣਾ ਪੈਂਦਾ, ਉਸ ਤੋਂ ਬਾਅਦ ਜੋ ਵੀ ਰਿਪੋਰਟ ਆਊਗੀ ਉਹਦੇ ਮੁਤਾਬਿਕ ਅਸੀਂ ਕਾਰਵਾਈ ਕਰਾਂਗੇ। ਦੇਖੋ, ਕੱਲ੍ਹ ਸਾਡੇ ਕੋਲ ਆਏ ਸੀ, ਅਸੀਂ ਬਿਆਨ ਲਿਖੇ ਇਹਨਾਂ ਦੇ, ਹੁਣ ਅਸੀਂ ਅੱਜ ਮੋਰਜੀ ਰਖਾਈ ਬਾਡੀ, ਹੁਣ ਕੱਲ੍ਹ ਸਵੇਰੇ ਪੋਸਟਮਾਰਟਮ ਹੋਊਗਾ ਜੀ, ਸਵੇਰੇ ਡਾਕਟਰ ਸਾਹਿਬ ਨਾਲ ਹੋਈ ਗੱਲ, ਅਤੇ ਸਵੇਰੇ ਪੋਸਟਮਾਰਟਮ ਜੋ ਵੀ ਰਿਪੋਰਟ ਆਊਗੀ ਉਹਦੇ ਆਧਾਰ 'ਤੇ ਅਸੀਂ ਕਾਰਵਾਈ ਕਰਾਂਗੇ।